सारे ਹਾਂਜੀ ਭਾਜੀ ਕੀ ਨਾਮ ਜੀ ਮੇਰਾ ਨਾਮ ਰਜਿੰਦਰ ਕੁਮਾਰ ਹੈ ਭਾਜੀ ਰਜਿੰਦਰ ਕੁਮਾਰ ਜੀ ਕੀ ਗੱਲਬਾਤ ਹੋਈ ਆ ਇਹ ਮੇਰਾ ਭਰਾ ਹੈਗਾ ਇੱਥੇ ਜੀ ਕਿਤੇ ਬੈਠੇ ਸੀਗੇ ਛੱਪੜ ਦੇ ਵਿੱਚ ਡਿੱਗ ਗਏ ਕੀ ਨਾਮ ਆ ਭਰਾ ਦਾ ਸਰੀ ਕੁਮਾਰ ਕਿੰਨੀ ਕੁਮਾਰ ਆ 35 36 ਸਾਲ ਦੀ ਹੈ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਆ ਅਸੀਂ ਇਹੀ ਪ੍ਰਸ਼ਾਸਨ ਨੂੰ ਕਹਿੰਦੇ ਆ ਵੀ ਗਰੀਬ ਬੰਦੇ ਆ ਸਹਾਇਤਾ ਚਾਹੀਦੀ ਹੈ ਜੀ ਮੁੰਡਾ ਵੀ ਆ ਬੱਚਾ ਮੁੰਡਾ ਵੀ ਅੰਗਹੀਣ ਆ ਦੋ ਮੁੰਡੇ ਆ ਇੱਕ ਕੁੜੀ ਆ ਛੋਟੇ ਛੋਟੇ ਆ ਬੱਚੇ
ਕਿੰਨਾ ਚਿਰ ਹੋਇਆ ਮੈਰਿਜ ਹੋਈ ਨੂੰ ਹੋਈ ਕੋਣ ਮੇਰੇ ਦਾ ਉਹਦੇ ਨਾਲ 16 17 ਸਾਲ ਦੇ ਲਗਭਗ ਠੀਕ ਹਾਂਜੀ ਭਾਜੀ ਕੀ ਨਾਮ ਜੀ ਮੇਰਾ ਨਾਮ ਹਰਵਿੰਦਰ ਆ ਮੈਂ ਸਰਪੰਚ ਆ ਸੀ ਹਾਂਜੀ ਭਾਜੀ ਕੀ ਗੱਲਬਾਤ ਹੋਈ ਆ ਪਿੰਡ ਚ ਇਹ ਜਿੱਦਾਂ ਨਾ ਰਾਤੀ ਸਹਿਰੇ ਦਾ ਕਰਕੇ ਤੇ ਮਾੜਾ ਮੋਟਾ ਖੇਡਦੇ ਸੀਗੇ ਬਾਕੀ ਸਾਰੇ ਖੇਡ ਕੂਰ ਕੇ ਚਲੇ ਗਏ ਤੇ ਇਹ ਬੈਠੇ ਸੀਗੇ ਇੱਥੇ ਤੇ ਇਹਦਾ ਲੜਕਾ ਕਿਤੇ ਲੈਣ ਆਇਆ ਗਿਆ ਪਤਾ ਨਹੀਂ ਕੰਨ ਦੇ ਉੱਤੇ ਬੈਠਾ ਸੀਗਾ ਬੱਚੇ ਨੇ ਹੱਥ ਪਾਇਆ ਪਤਾ ਨਹੀਂ ਪਿੱਛੇ ਨੂੰ ਛੁੱਟ ਗਿਆ ਕੀ ਵਜ੍ਹਾ ਬਣ ਗਿਆ ਤੇ ਪਿੱਛੇ ਜਾ ਕੇ ਜਿਹੜਾ ਛੱਪੜ ਦੇ ਵਿੱਚ ਡਿੱਗ ਪਿਆ ਕਾਫੀ ਬੰਦਿਆਂ ਨੇ ਪਿੱਛੋਂ ਜਿੱਦਾਂ ਪਿੰਡਾਂ ਰੌਲਾ ਪੈਣ ਦਾ ਕਰਕੇ ਛਾਲਾ ਛੁਲਾ ਮਾਰ ਗਿਆ ਛੱਪੜ 'ਚ ਪਾਣੀ ਦੀ ਡੰਗਾਈ ਜਿਹੜੀ ਜ਼ਿਆਦਾ ਹੀ ਸੀਗੀ ਉਹਦਾ ਕਰਕੇ ਜਿਹੜੇ ਡੈਡ ਬੋਡੀ ਆ ਉਹ ਲੱਭੀ ਨਹੀਂ ਤਾਂ ਨਾ ਉਹਨੂੰ ਹਾਥੀ ਕਰਨਾ ਤੇ ਛੱਪੜ ਦੀ ਚਾਰ ਦੀਵਾਰੀ ਵਗੈਰਾ ਨਹੀਂ ਕੀਤੀ ਹੋਈ ਚਾਰ ਦੀਵਾਰੀ ਨਹੀਂ ਜੀ ਹੈਗੀ ਇਹਦੀ ਤੇ ਵੈਸੇ ਤਾਂ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਚਾਰ ਦੀਵਾਰੀ ਦੇ ਐਲਾਨ ਹੈਗਾ ਕਿ ਚਾਰ ਦੀਵਾਰੀ ਕਰਵਾਈ ਜਾਵੇ ਇਹ ਚਾਰ ਦੀਵਾਰੀ ਵੀ ਜਿਹੜੇ ਸੀਗੇ ਪੈਸੇ ਆਏ ਹੋਏ ਸੀਗੇ ਪਰ ਉਹਦਾ ਫੰਡ ਥੋੜਾ ਹੋਣ ਕਰਕੇ ਇਹਦੀ ਨਹੀਂ ਕਰਾਈ ਗਈ ਤੇ ਜਿਹਦੀ ਮੌਤ ਹੋਈ ਹੈ ਇਹਦਾ ਨਾਮ ਕੀ ਹੈ ਇਹਦਾ ਨਾਂ ਸਨੀ ਕੁਮਾਰ ਹੈ ਜੀ ਤੇ ਕਿੰਨੀ ਉਮਰ ਹੈ ਇਹਦੀ ਉਮਰ 35-36 ਸਾਲ ਦੀ ਹੈ ਬੱਚੇ ਵਗੈਰਾ ਬੱਚੇ ਦੋ ਬੱਚੇ ਆ ਤਿੰਨ ਬੱਚੇ ਆ ਦੋ ਮੁੰਡੇ ਤੇ ਇੱਕ ਲੜਕੀ ਹੈ ਤੇ ਹੁਣ ਕੀ ਮੰਗ ਕਰਦੇ ਮੰਗ ਇਹ ਹੋਈ ਆ ਵੀ ਚਲੋ ਗਰੀਬ ਪਰਿਵਾਰ ਆ ਜਿਹੜੀ ਸਰਕਾਰ ਵੱਲੋਂ ਸਹੂਲਤ ਜੋ ਵੀ ਆ ਇਹਨਾਂ ਨੂੰ ਦਿੱਤੀ ਜਾਵੇ ਟੱਬਰ ਪਲਦਾ ਹੋ ਜੀ ਠੀਕ ਹਾਂਜੀ ਸਰ ਸਰ ਕੀ ਮਾਮਲਾ ਜੀ ਇਹ ਇਹ ਜੀ ਪਿੰਡ ਸੈਦੂਪੁਰ 'ਚ ਖੜੇ ਹੋਏ ਸੀ ਇੱਥੇ ਰਾਤ ਕੋਈ 9 ਵਜੇ ਕਾਲ ਆਈ ਸੀ ਵੀ ਇੱਕ ਜਿਹੜਾ ਸੰਨੀ ਕੁਮਾਰ ਪੁੱਤਰ ਕੁਲਾਲ ਸਿੰਘ ਨਾਂ ਦਾ ਜਿਹੜਾ ਉਮਰ ਜਿਹਦੀ 35 ਸਾਲ ਦੇ ਕਰੀਬ ਹੈਗੀ ਆ ਅਤੇ ਥੜੇ 'ਤੇ ਬੈਠ ਕੇ ਇੱਥੇ ਆਪਣੇ ਪਰਿਵਾਰ ਦੇ ਨਾਲ ਇਹਨਾਂ ਦੇ ਬੱਚੇ ਵੀ ਸੀ ਭਰਾ ਵੀ ਸੀ ਹੋਰ ਵੀ ਪਿੰਡ ਦੇ ਸੀਗੇ ਉਹ ਬੈਠੇ ਇੱਥੇ ਗੱਲਬਾਤਾਂ ਕਰ ਰਹੇ ਸੀ ਅਚਨ ਚੇਤ ਜਿਹੜਾ ਅਨਬੈਲੈਂਸ ਹੋ ਗਿਆ ਅਤੇ ਪਿੱਛੇ ਨੂੰ ਜਿਹੜਾ ਨਾਲ ਹੀ ਜਿਹੜਾ ਪਿੰਡ ਦਾ ਛੱਪੜ ਜਿਹੜਾ ਕਾਫੀ ਡੂੰਘਾ ਉਹਦੇ ਵਿੱਚ ਡਿੱਗਿਆ ਸੀਗਾ ਜਿਨ੍ਹਾਂ ਨੂੰ ਮਤਲਬ ਉਹ ਪਿੰਡ ਵਾਸੀਆਂ ਨੇ ਕੋਸ਼ਿਸ਼ ਕੀਤੀ ਲੇਕਿਨ ਉਹ ਨਹੀਂ ਕੱਢ ਸਕੇ ਅਤੇ ਅਸੀਂ ਵੀ ਰਾਤ ਕਾਫੀ ਟਾਈਮ ਤੱਕ ਟਰਾਈ ਕਰਦੇ ਲੇਕਿਨ ਉਹਦੀ ਬੋਡੀ ਨਹੀਂ ਮਿਲੀ ਅਤੇ ਹੁਣ ਸਵੇਰੇ ਦੁਬਾਰਾ ਮੌਕੇ 'ਤੇ ਆ ਕੇ ਜਦੋਂ ਅਸੀਂ ਹੁਣ ਮਤਲਬ ਕੋਸ਼ਿਸ਼ ਕੀਤੀ ਹੈ ਤਾਂ ਉਹਦੀ ਜਿਹੜੀ ਡੈਡ ਬੋਡੀ ਮਿਲ ਗਈ ਹੈ ਜੀ ਉਹਦੇ ਘਰ ਦੇ ਉੱਤੇ ਜਿਹੜੀ ਅੰਗਰੇਜ਼ੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਇਹ ਅਚਨਚੇਤ ਹੈ ਜੀ ਇਹਦੇ ਵਿੱਚ ਕੋਈ ਕਿਸੇ ਦਾ ਕੋਈ ਫਾਲਟ ਨਹੀਂ ਕਹਿ ਸਕਦੇ ਜੀ ਅਤੇ ਹੁਣ 174 ਦੀ ਕਾਰਵਾਈ ਜਿਹੜੀ ਹੈਗੀ ਉਹ ਇਹਦੀ ਫਾਈਲ ਵੀ ਲੈਣਾ ਦਿੱਤਾ ਨਹੀਂ ਮ੍ਰਿਤਕ ਦੀ ਉਮਰ ਕਿੰਨੀ ਹੈਗੀ ਆ ਇਹਦੀ ਉਮਰ 35 ਸਾਲ ਦੇ ਕਰੀਬ ਆ ਜੀ ਅਤੇ 3 ਬੱਚੇ ਨੇ 2 ਬੇਟੇ ਨੇ ਇੱਕ ਬੇਟੀ ਹੈ ਜੀ ਛੋਟੇ ਬੱਚੇ ਛੋਟੇ ਨੇ ਅਜੇ ਅਤੇ ਬਾਕੀ ਇਹਦੀ ਵਾਈਫ ਦੇ ਬਿਆਨਾਂ ਜਿਹੜੀ ਹੈ ਉਹ ਕਰ ਰਿਹਾ ਠੀਕ